ਨਲ ਇੰਡੀਆ ਕ੍ਰਾਈਮ ਨਿਊਜ਼ ਮੈਂ ਨਰਿੰਦਰ ਕੌਰ ਪUREWAL ਮੇਰੇ ਨਾਲ ਨੇ ਪੰਜਾਬ ਜੀ ਬਿਊਰੋ ਰਿੰਕੂ ਰਾਜਾ ਤੇ ਪੱਤਰਕਾਰ ਰਣਜੀਤ ਸਿੰਘ ਕੌਕੇ ਅਸੀਂ ਖੜੇ ਹਾਂ ਜੀ ਜ਼ਿਲ੍ਹਾ ਅਮਰitsar ਦੇ ਇੱਕ ਛੋਟੇ ਜਿਹੇ ਪਿੰਡ ਚੀਚਾ ਵਿਖੇ ਜਿੱਥੇ ਤੁਹਾਨੂੰ ਮੁੱਦਾ ਦੱਸਣ ਜਾ ਰਹੇ ਹਾਂ ਕਿ ਇੱਕ ਪਰਿਵਾਰ ਨੇ ਆਪਣੇ ਬੇਟੇ ਪ੍ਰਤਾਪ ਸਿੰਘ ਨੂੰ ਪੁਲਿਸ ਦੇ ਵਿੱਚ ਐਸਪੀਓ ਭਰਤੀ ਕਰਵਾਇਆ ਸੀ 1992 ਦੇ ਵਿੱਚ ਔਰ 1998 ਦੇ ਵਿੱਚ ਅਚਾਨਕ ਉਹ ਆਪਣੇ ਘਰ ਤੋਂ ਤੇ ਡਿਊਟੀ ਤੋਂ ਗਾਇਬ ਹੋ ਜਾਂਦੇ ਹਨ ਪਰਿਵਾਰ ਪਿੱਛੋਂ ਸਦਮੇ 'ਚ ਉਹਨਾਂ ਦੀ ਭਾਲ ਕਰਦਾ ਹੈ ਇਸੇ ਦੌਰਾਨ ਉਹਨਾਂ ਦੇ ਮਾਤਾ ਪਿਤਾ ਅਤੇ ਇੱਕ ਭਰਾ ਦੀ ਮੌਤ ਹੋ ਜਾਂਦੀ ਹੈ ਹੁਣ 23 ਸਾਲ ਦੇ ਬਾਅਦ ਉਹਨਾਂ ਨੂੰ ਇੱਕ ਫੋਨ ਕਾਲ ਦੇ ਜ਼ਰੀਏ ਪਤਾ ਲੱਗਦਾ ਹੈ ਕਿ ਉਹਨਾਂ ਦਾ ਭਰਾ ਪਟਿਆਲਾ ਦੇ ਲਾਗੇ ਕੋਈ ਪਿੰਡ ਆ ਛੋਟਾ ਜਿਹਾ ਉੱਥੇ ਕਿਸੇ ਜ਼ਿੰਮੇਦਾਰ ਨੇ ਉਹਨੂੰ ਬੰਦਵਾ ਬਣਾ ਕੇ ਰੱਖਿਆ ਹੋਇਆ ਹੈ ਉਹਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਖੜੇ ਹਾਂ ਜੀ ਉਸ ਘਰ ਵਿੱਚ ਜੋ ਬਹੁਤ ਹੀ ਗਰੀਬੀ ਦੀ ਔਰ ਤੰਗੀ ਦੀ ਹਾਲਤ ਦੇ ਵਿੱਚ ਗੁਜ਼ਰ ਰਿਹਾ ਹੈ ਔਰ ਆਪਣੇ ਭਰਾ ਨੂੰ ਲੱਭਣ ਦੇ ਵਿੱਚ ਉਹਨਾਂ ਨੇ ਆਪਣੇ 23 ਸਾਲ ਬਰਬਾਦ ਕੀਤੇ ਆ ਆਓ ਉਹਨਾਂ ਦੇ ਨਾਲ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੀਆਂ ਕਿ ਇਸ ਸਾਰੇ ਦੌਰ ਦਾ ਉਹਨਾਂ ਤੇ ਕੀ ਬੀਤੀ ਉਧਰ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਪਜੀਤ ਸਿੰਘ ਹੈਰੀ ਅਤੇ ਉਹਨਾਂ ਦੇ ਨਾਲ ਸੀਨੀਅਰ ਮੀਤ ਪ੍ਰਦਾਨ ਉਹਨਾਂ ਦੀ ਮਦਦ ਲਈ ਅੱਗੇ ਆਏ ਹਨ ਆਓ ਉਹਨਾਂ ਦੇ ਨਾਲ ਵੀ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿਸ ਤਰ੍ਹਾਂ ਦੀ ਉਹਨਾਂ ਦੀ ਮਦਦ ਕਰ ਰਹੇ ਹਨ ਦੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਸਾਡੀ ਟੀਮ ਮੌਜੂਦ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਚੀਚਾ ਜਿਹੜਾ ਕਿ ਬਾਰਡਰ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਅਸੀਂ ਉਸ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਜਿਨ੍ਹਾਂ ਦਾ ਇੱਕ ਪੁੱਤਰ ਇੱਕ ਭਰਾ 23 ਸਾਲ ਗਾਇਬ ਰਿਹਾ ਉਸ ਤੋਂ ਬਾਅਦ ਉਹਨਾਂ ਨੂੰ ਉਹਦਾ ਪਤਾ ਲੱਗਦਾ ਹੈ ਅੱਜ ਪਰਿਵਾਰ 'ਚ ਖੁਸ਼ੀ ਹੈ ਜਾਂ ਉਹਨਾਂ ਨੂੰ ਦੁੱਖ ਹੋ ਰਿਹਾ ਕਿ ਉਹਨਾਂ ਦੇ ਪੁੱਤਰ ਦੀ ਲਾਈਫ ਖਰਾਬ ਹੋਈ ਹੈ ਆਓ ਗੱਲਬਾਤ ਕਰਦੇ ਹਾਂ ਸੱਸ ਗਿਆ ਭਾਜੀ ਸੱਸ ਜੀ ਤੁਹਾਡਾ ਨਾਮ ਕੀ ਦਿਲਬਖ ਸਿੰਘ ਜੀ ਕੀ ਲੱਗਦੇ ਤੁਸੀਂ ਭਾਈ ਜੀ ਮੈਂ ਛੋਟਾ ਭਰਾਵਾ ਜੀ ਹਾਂ ਥੋੜਾ ਛੋਟਾ ਬਰਾ ਹਾਂਜੀ ਨਾਂ ਕੀ ਸੀ ਉਹਦਾ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਨਾਲ ਕੀ ਗੱਲਬਾਤ ਹੋਈ ਸੀ ਸਰ ਪ੍ਰਤਾਪ ਸਿੰਘ ਨਾਲ ਗੱਲਬਾਤ ਵੀ ਘਰੋਂ ਦੇ ਖੁਸ਼ੀ ਖਿਸ਼ਾਲੀ ਡਿਊਟੀ ਤੇ ਗਿਆ ਵਾਜੀ ਤੇ ਪਰ ਉੱਥੇ ਉਹ ਨਹੀਂ ਪਹੁੰਚਾ ਘਰੋਂ ਦੀ ਗੱਲ ਐ ਇਹ ਅੱਜ ਤੋਂ ਕਾਫੀ ਟਾਈਮ ਬਵਾਚਰ ਹੋ ਗਿਆ ਜੀ ਹੁਣ ਯਾਦ ਤੇ ਨਹੀਂ 98 97 ਦੀ ਗੱਲ ਐ ਜੀ ਉਦੋਂ ਇੱਥੋਂ ਗਿਆ ਘਰੋਂ ਤੇ ਪਰ ਡਿਊਟੀ ਤੇ ਨਹੀਂ ਪਹੁੰਚਾ ਕੀ ਕੰਮ ਕਰਦੇ ਸੀ ਉਹ ਪੰਜਾਬ ਪੁਲਿਸ ਦੇ ਵਿੱਚ ਐਸਪੀਓ ਤੌਰ ਤੇ ਨੌਕਰੀ ਕਰਦੇ ਪੁਲਿਸ ਦੇ ਨਾਲ ਠੀਕ ਹੈ ਜੀ ਹਾਂਜੀ ਫਿਰ ਕੀ ਗੱਲ ਹੋਈ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਕਾਫੀ ਟਾਈਮ ਲੱਭਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਸਾਨੂੰ ਨਹੀਂ ਮਿਲਿਆ ਤੇ ਅਸੀਂ ਬੜੀ ਭੱਜ ਦੌੜ ਕੀਤੀ ਆ ਸਾਨੂੰ ਦਫ਼ਤਰ ਦੀ ਪੁਲਿਸ ਆਣ ਕੇ ਪੁੱਛਦੀ ਰਹੀ ਆ ਥਾਣੇ ਦੀ ਪੁਲਿਸ ਪੁੱਛਦੀ ਰਹੀ ਆ ਹੋਰ ਜਿਹੜੇ ਜ਼ਿਲ੍ਹੇ ਚ ਭਰਤੀ ਹੀ ਮਜੀਠੇ ਜ਼ਿਲ੍ਹੇ ਚ ਉਹ ਵੀ ਆਣ ਕੇ ਸਾਨੂੰ ਕਾਫੀ ਪੁੱਛਦੇ ਰਿਹਾ ਪਰ ਸਾਨੂੰ ਉਹਦਾ ਨਹੀਂ ਪਤਾ ਲੱਗਾ ਭਾਜੀ ਤੁਸੀਂ ਗੱਲ ਕਰ ਰਹੇ ਹੋ 1998 ਸੰਦੀ ਜੇ ਹੁਣ ਦਾ حساب ਲਾਏ ਤਰੀਬਨ 22-23 ਸਾਲ ਹੋ ਚੁੱਕੇ ਹਨ ਹਾਂ ਜਿੱਤੇ ਸਾਲ ਹੋ ਗਏ ਜੀ ਐਸ ਪੀਓ ਭਰਤੀ ਸਨ ਇਸ ਦੌਰਾਨ ਤੁਹਾਡੇ ਪਰਿਵਾਰ ਤੇ ਕੀ ਕੁਝ ਬੀਤਿਆ ਕੀ ਤੁਸੀਂ ਦੁੱਖ ਸਿਆ ਕਿੰਨਾ ਭਾਲ ਕੀਤੀ ਤੁਸੀਂ ਦੁੱਖ ਤੇ ਬਹੁਤ ਜ਼ਿਆਦਾ ਹੋਇਆ ਜੀ ਲੋਖਾ ਵਾਲੀ ਤੇ ਗੱਲ ਹੀ ਛੱਡ ਦੋ ਇੰਨਾ ਦੁੱਖ ਹੋਇਆ ਵੀ ਲਾਗੇ ਬੰਨੇ ਵਾਲੇ ਵੀ ਸਾਰੇ ਦੁਖੀ ਹੋ ਗਏ ਵੀ ਇਹ ਕੀ ਚੱਕਰ ਬਣ ਗਿਆ ਵਾ ਕਿਉਂ ਨਹੀਂ ਬੰਦਾ ਪੜ੍ਹਿਆ ਲਿਖਿਆ ਬੰਦਾ ਵਾ ਇੱਕ ਨੌਕਰੀ ਕਰਦਾ ਬੰਦਾ ਤੇ ਘਰ ਕਿਉਂ ਨਹੀਂ ਆਉਂਦਾ ਕੀ ਕੋਈ ਸਮਝ ਨਹੀਂ ਆਉਂਦੀ ਵੀ ਕੀ ਚੱਕਰ ਬਣਿਆ ਉਹਦੇ ਨਾਲ ਅਸੀਂ ਆ ਪਰੇਸ਼ਾਨਾਂ ਮਾਪਿਓ ਪਰੇਸ਼ਾਨੀ ਭਰਾ ਪਰੇਸ਼ਾਨੀ ਤੇ ਬਹੁਤ ਦੁੱਖ ਵਾਲੀ ਗੱਲ ਹੈ ਹੁਣ ਉਹਨਾਂ ਦੇ ਮਾਤਾ ਪਿਤਾ ਕਿੱਥੇ ਨੇ ਹੁਣ ਮਾਤਾ ਪੁੱਤ ਦੀ ਡੈਥ ਹੋ ਚੁੱਕੀ ਮਾਤਾ ਦੀ ਵੀ ਹੋ ਗਈ ਪਿਤਾ ਦੀ ਵੀ ਇੱਕ ਛੋਟੇ ਬ੍ਰਦਰ ਦੀ ਵੀ ਡੈਥ ਹੋ ਚੁੱਕੀ ਹੈ ਜੀ ਉਹਦੇ ਵਿਜੋਗ ਦੇ ਵਿੱਚ ਪ੍ਰਕਾਸ਼ ਸਿੰਘ ਦੀ ਮੈਰਿਜ ਹੋਈ ਪ੍ਰਤਾਪ ਸਿੰਘ ਦੀ ਨਹੀਂ ਜੀ ਮੈਰਿਜ ਨਹੀਂ ਮੇਰੇ ਤੋਂ ਛੋਟਾ ਜੀ ਨਹੀਂ ਮੈਰਿਜ ਨਹੀਂ ਹੋਈ ਹੁਣ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਕੁਝ ਪਤਾ ਲੱਗਾ ਉਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਠੀਕ ਹੈ ਸਰ ਸਰ ਇਹ ਨਾ ਪਟਿਆਲੇ ਤੋਂ ਥਾਣੇ ਫੋਨ ਆਇਆ ਜੀ ਕਿ ਤੁਹਾਡਾ ਇਦਾਂ ਇਦਾਂ ਬੰਦਾ ਜਿਹੜਾ ਉਹ ਲੱਭ ਚੁੱਕਾ ਵਾ ਤੇ ਤੁਸੀਂ ਆਣ ਕੇ ਲੈ ਜਾਣਾ ਚਾਹੁੰਦੇ ਤੇ ਖੜ ਸਕਦੇ ਜੀ। ਅਸੀਂ ਉਸ ਤੋਂ ਅਗਲੇ ਦਿਨ ਗਏ ਆ ਤੇ ਉਹਨਾਂ ਨੇ ਮਤਲਬ ਪਟਿਆਲੇ ਗਏ ਅਗਲੇ ਦਿਨ ਤੇ ਅਸੀਂ ਉਹਨੂੰ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ ਉਹਨੂੰ ਸਿਆਣਿਆ ਪਛਾਣਿਆ ਤੇ ਉਹਦੇ ਨਾਲ ਗੱਲਬਾਤ ਕੀਤੀ ਉਹਨੂੰ ਪੁੱਛਿਆ ਵੀ ਪ੍ਰਤਾਪ ਪਿੰਡੋਂ ਚੱਲਿਓ ਹੁੰਦਾ ਵੀ ਚੱਲਦੇ ਆ। ਮੈਂ ਉਹਨੂੰ ਪੁੱਛਿਆ ਵੀ ਮੈਨੂੰ ਪਛਾਣਿਆ ਹੁੰਦਾ ਮੈਨੂੰ ਪਤਾ ਲੱਗ ਗਿਆ ਮੇਰਾ ਵੱਡਾ ਭਰਾ ਵਾ ਬ੍ਰਦਰ ਹੈ ਮੇਰਾ। ਵੱਡਾ ਵਾ ਮੇਰੇ ਤੋਂ ਦਲਬਾਗ ਸਿੰਘ ਆ ਤੇ ਮੈਂ ਕਿਹਾ ਵੀ ਤੈਨੂੰ ਚੱਲੀਏ ਆਂਦਾ ਚੱਲਦੇ ਆ। ਉਸ ਤੋਂ ਬਾਅਦ ਉਹਨਾਂ ਨੇ ਮੁੜ ਕੇ ਉਹਨੂੰ ਨਾਲ ਲੈ ਲਿਆ ਵਾ ਅਸੀਂ ਆਪਣੀ ਗੱਡੀ 'ਚ ਹੋ ਗਏ ਆ ਉਹ ਆਪਣੇ ਮੋਟਰਸਾਈਕਲ ਤੇ ਹੁੰਦੇ ਵੀ ਤੁਹਾਡੇ ਨਾਲ ਨਹੀਂ ਭੇਜਣਾ ਹੀ ਵੱਖਰਾ ਉਹਨੂੰ ਭੇਜਣਾ ਵਾ ਅਸੀਂ ਆਪ ਛੱਡ ਕੇ ਆਵਾਂਗੇ ਚੌਂਕੀ ਇਹਨੂੰ ਤੇ ਉੱਥੋਂ ਤੁਸੀਂ ਲੈ ਜਾਓ ਪਰ ਰਸਤੇ ਦੇ ਵਿੱਚ ਉਲਟੀਆਂ ਕਰਨ ਲੱਪਿਆ ਵਾ ਰਸਤੇ ਤੋਂ ਬਾਅਦ ਉਲਟੀਆਂ ਕਰਕੇ ਉਹਨੇ ਮੁੜ ਕੇ ਚੌਂਕੀ ਗਿਆ ਵਾ ਚੌਂਕੀ ਪੁਲਿਸ ਚੌਂਕੀ 'ਚ ਉਲਟੀਆਂ ਕੀਤੀਆਂ ਉਹਨੇ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਵੀ ਨੇ ਕੋਈ ਜਰੀਲੀ ਸ਼ੈ ਦਿੱਤੀ ਗਈ ਇਹਨੂੰ ਉਸ ਤੋਂ ਬਾਅਦ ਅਸੀਂ ਉਹਨੂੰ ਮੁੜ ਕੇ ਉਹਨਾਂ ਨੇ ਦਾਖਲ ਕਰਵਾ ਦਿੱਤਾ ਹਸਪਤਾਲ ਤੇ ਅਸੀਂ ਪਿੰਡ ਨੂੰ ਆ ਗਏ ਜੀ ਜਿਹੜੇ ਜ਼ਿਮੀਦਾਰ ਕੋ ਤੁਹਾਡਾ ਭਰਾ ਸੀ ਕੀ ਉਹਦੇ ਨਾਲ ਕੋਈ ਗੱਲ ਹੋਈ ਜਾਂ ਤੁਹਾਡੇ ਭਰਾ ਨੇ ਕੋਈ ਦੱਸਿਆ ਕਿ ਉਹਦੇ ਨਾਲ ਕੀ ਵਾਕਿਆ ਹੋਇਆ ਅੱਜ ਤੋਂ 23 ਸਾਲ ਪਹਿਲਾਂ ਕਿੱਦਾਂ ਪਟਿਆਲੇ ਪਹੁੰਚ ਗਿਆ ਜਾਂ ਜ਼ਿਮੀਦਾਰ ਨੇ ਗੱਲ ਦੱਸੀ ਵੀ ਇਹਨੂੰ ਕਿੱਥੋਂ ਮਿਲਿਆ ਸੀ ਇਹ ਉਹ ਸਰ ਉਹ ਤੇ ਆਂਦੇ ਅਸੀਂ ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਇਹ ਬਾਬੇ ਬਗਾਲੇ ਡਿਊਟੀ ਕਰਦਾ ਤੁਸੀਂ ਇਹਨੂੰ ਚੁੱਕ ਕੇ ਲੈਂਦਾ ਵਾ ਪਰ ਉਹ ਕਹਿੰਦੇ ਵੀ ਨਹੀਂ ਇਹ ਆਪੇ ਆਇਆ ਜੀ ਆਪੇ ਉੱਥੇ ਜਾ ਨਹੀਂ ਸਕਦਾ ਇਥੋਂ ਪਟਿਆਲੇ ਅੰਮ੍ਰਿਤਸਰੋਂ ਪਟਿਆਲੇ ਬੰਦਾ ਤੁਰ ਕੇ ਜਾਣਾ ਕੋ ਵੱਡੀ ਐਡੀ ਗੱਲ ਨਹੀਂ ਆ ਕਿਸੇ ਨੇ ਖੜਿਆ ਚ ਕੱਲਿਆ ਤੇ ਫੇਰ ਗਿਆ ਜੀ ਸਰਕਾਰੀ ਨੌਕਰੀ ਕਰਦਾ ਸੀ ਤੁਹਾਡਾ ਭਰਾ ਹਾਂ ਸਰਕਾਰੀ ਨੌਕਰੀ ਕਰਦਾ ਸੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਜਾਂ ਪੁਲਿਸ ਪ੍ਰਸ਼ਾਸਨ ਦੀ ਉਹ ਨੌਕਰੀ ਕਰ ਰਿਹਾ ਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਹਾਨੂੰ ਕਿੱਦਾਂ ਦੀ ਕਾਰਵਾਈ ਚਾਹੀਦੀ ਕਿੱਦਾਂ ਦਾ ਇਨਸਾਫ ਚਾਹੀਦਾ ਤੁਹਾਨੂੰ ਸਰ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਦੋਸ਼ੀ ਹੈ ਜਿਹੜੇ ਉਹਨਾਂ ਤੇ ਕਾਨੂੰਨੀ ਕਾਰਵਾਈ ਫੁੱਲ ਤੋਂ ਫੁੱਲ ਕੀਤੀ ਜਾਵੇ ਤੇ ਸਾਡਾ ਬੰਦਾ ਜਿਹੜਾ ਵਾਪਸ ਲਿਆਂਦਾ ਜਾਵੇ ਇਹੋ ਪਰਿਵਾਰ ਹੈ ਜਿਨ੍ਹਾਂ ਦਾ ਇੱਕ ਨੌਜਵਾਨ ਪੁੱਤਰ ਜਿਹੜਾ ਕਿ ਆਪਣੀ ਜ਼ਿੰਦਗੀ ਆਪਣਾ ਕੈਰੀਅਰ ਆਪਣੀ ਨੌਕਰੀ ਕਰਨ ਵਾਸਤੇ ਐਸਪੀਓ 'ਚ ਭਰਤੀ ਹੋਇਆ ਸੀ ਅੱਜ ਤੋਂ 23 ਸਾਲ ਪਹਿਲਾਂ ਦੀ ਗੱਲ ਹੈ ਸਨ 1998 ਦੀ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਉਹ ਪਤਾ ਨਹੀਂ ਕਿਸ ਤਰ੍ਹਾਂ ਪਟਿਆਲੇ ਪਹੁੰਚਦਾ ਹੈ ਕਿਸੇ ਜ਼ਿੰਮੇਦਾਰ ਕੋ ਜਿੱਥੇ ਉਹਨੂੰ ਨੌਕਰਾਂ ਤਰ੍ਹਾਂ ਰੱਖਿਆ ਜਾਂਦਾ ਹੈ ਜ਼ਿੰਦਗੀ ਖਰਾਬ ਕੀਤੀ ਗਈ ਹੈ ਨੌਕਰੀ ਦਾ ਕੈਰੀਅਰ ਖਰਾਬ ਕੀਤਾ ਗਿਆ ਹੈ ਮਾਪੇ ਪਿੱਛੇ ਵਿਜੋਗ ਚ ਗੁਜ਼ਰ ਚੁੱਕੇ ਹਨ ਭਰਾ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਤੇ ਬੜਾ ਵੱਡਾ ਇੱਕ ਸੰਕਟ ਇੱਕ ਦੁੱਖ ਆਇਆ ਹੈ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਵੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਲੋਕ ਇਨਸਾਫ ਪਾਰਟੀ ਜਿਨ ਨੇ ਸਦਾ ਲੋਕਾਂ ਦੀ ਗੱਲ ਕੀਤੀ ਹੈ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਇੱਕ ਫਿਰ ਜ਼ਿਲ੍ਹਾ ਅਮਰਸਰ ਦੇ ਵਿੱਚ ਜਿਹੜੇ ਕਿ ਯੂਥ ਵਿੰਗ ਦੇ ਪ੍ਰਧਾਨ ਨੇ ਸਰਦਾਰ ਸਰਬਜੀਤ ਸਿੰਘ ਹੈਰੀ ਉਹਨਾਂ ਨਾਲ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੀ ਮਾਹੂ ਉਸ ਪਰਿਵਾਰ ਦੀ ਮਦਦ ਕਰਨ ਵਾਸਤੇ ਪਹੁੰਚੇ ਹਨ ਇੱਕ ਸਮਾਜ ਸੇਵਕ ਵੀ ਹਨ ਆਓ ਗੱਲਬਾਤ ਕਰਦੇ ਹਾਂ ਉਹ ਕਿੱਦਾਂ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਆ ਸਸਕਿਆ ਭਾੜੀ ਦੋਨਾਂ ਦਾ ਸਵਾਗਤ ਹੈ ਇਹ ਦੱਸੋ ਕਿ ਪਰਿਵਾਰ ਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਹੁਣ ਤੁਸੀਂ ਪਹੁੰਚਿਓ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਖਾਸ ਕਰਕੇ ਕੀ ਮੰਗ ਕਰਦੇ ਹੋ ਏ ਤੁਸੀਂ ਭਲੀ ਭਾਂਦੀ ਜਾਣਦੇ ਹੋ ਲੋਕ ਇਨਸਾਫ ਪਾਰਟੀ ਜਿਹੜੇ ਲੋਕਾਂ ਦੇ ਇਨਸਾਫ ਦੀ ਗੱਲ ਕਰਦੀ ਹੈ ਕਿਸੇ ਵੀ ਮੁੱਦੇ ਦੇ ਉੱਤੇ ਜਿਹੜੇ ਸਭ ਤੋਂ ਪਹਿਲਾਂ ਜਿਹੜੀ ਸਟੈਂਡ ਲੈਂਦੀ ਹੈ ਲੋਕ ਇਨਸਾਫ ਪਾਰਟੀ ਆ ਕਿਉਂਕਿ ਇਹ ਇੱਕ ਰਾਜਨੀਤੀ ਦੇ ਚ ਇੱਕ ਵੱਖਰਾ ਰੂਪ ਪੇਸ਼ ਕਰਨਾ ਲੋਕ ਇਨਸਾਫ ਪਾਰਟੀ ਦਾ ਜਿਹੜਾ ਪੀਨ ਧਰਮ ਬਣਿਆ ਆ ਉਸੇ ਤਹਿਤ ਹੀ ਸਾਡੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ ਚੀਚੇ ਪਿੰਡ ਤੋਂ ਹੀ ਪਰਮਜੀਤ ਸਿੰਘ ਪੰਮਾ ਉਹ ਇਸ ਇਤਿਹਾਸਿਕ ਪਿੰਡ ਚ ਚੀਚੇ ਪਿੰਡ ਚ ਬਾਬਾ ਨੋ ਸਿੰਘ ਜਿਹੜਾ ਪਿੰਡ ਆ ਬਾਬਾ ਦੀਪ ਸਿੰਘ ਜੀ ਜਿਹੜੇ ਸਾਥੀ ਸੀਗੇ ਉਹਨਾਂ ਦੇ ਪਿੰਡ ਚੋਂ ਸਾਨੂੰ ਪਤਾ ਲੱਗਾ ਵੀ ਇਸ ਪਿੰਡ ਚੋਂ 23 ਸਾਲ ਤੋਂ ਇੱਕ ਬੰਦਾ ਜਿਹੜਾ ਲਾਪਤਾ ਤੇ ਉਹਦੀ ਜਿਹੜੀ ਖਬਰ ਹੁਣ ਆਣ ਕੇ ਮਿਲੀ ਆ ਜੋ ਕਿ ਬਤੌਰ ਪੰਜਾਬ ਪੁਲਿਸ ਚ ਐਸਪੀਓ ਭਰਤੀ ਹੋਇਆ ਸੀ ਜੋ 92 ਚ ਭਰਤੀ ਹੋਇਆ ਤੇ 98 ਦੇ ਵਿੱਚ ਜਿਹੜਾ ਘਰੋਂ ਗਾਇਬ ਹੋ ਜਾਂਦਾ ਡਿਊਟੀ ਤੇ ਜਾਂਦਾ ਜਿਹੜਾ ਵਾਪਸ ਮੁੜ ਕੇ ਨਹੀਂ ਆਉਂਦਾ ਜਦੋਂ ਵਾਪਸ ਮੁੜ ਕੇ ਨਹੀਂ ਆਉਂਦਾ ਭਾਲ ਕੀਤੀ ਜਾਂਦੀ ਆ ਡਿਪਾਰਟਮੈਂਟ ਵੱਲੋਂ ਵੀ ਭਾਲ ਕੀਤੀ ਜਾਂਦੇ ਆ ਤੇ ਨਾਲ ਪਰਿਵਾਰ ਵੱਲੋਂ ਵੀ ਮਾਪੇ ਜਿਨ੍ਹਾਂ ਦੀਆਂ ਆਸਾਂ ਸੀ ਉਸ ਬੱਚੇ ਤੇ ਵੀ ਸਾਡਾ ਬੱਚਾ ਜਿਹੜਾ ਸਾਨੂੰ ਤਰੱਕੀ ਕਰਾਊਗਾ ਇੱਕ ਮਜ਼ਦੂਰ ਪਰਿਵਾਰ ਨੂੰ ਕਿਤੇ ਨਾ ਕਿਤੇ ਉਹ ਬੁਲੰਦੀਆਂ ਤੇ ਲੈ ਕੇ ਜਾਊਗਾ ਸਾਡੀ ਗਰੀਬੀ ਕੱਟੀ ਜਾਊਗੀ ਪਰ ਹਾਲਾਤ ਕੁਝ ਹੋਰ ਹੋ ਗਏ ਮਾਂ ਬਾਪ ਜਿਹੜੇ ਇਸ ਵਿਜੋਗ ਚ ਮਰ ਗਏ ਆਪਣੇ ਪੁੱਤ ਨੂੰ ਦੇਖਣ ਲਈ ਤਰਸ ਦੇ ਤਰਸ ਦੇ ਮਰ ਗਏ ਨਾਲ ਉਹਦਾ ਇੱਕ ਭਰਾ ਜਿਹੜਾ ਇੱਕ ਭਾਈ ਆਪਣਾ ਗਵਾ ਕੇ ਉਸ ਦੇ ਗਮ ਚ ਇੰਨਾ ਡੂੰਘਾ ਚਲੇਗਾ ਵੀ ਉਹਦਾ ਵੀ ਹਾਰਟ ਫੇਲ ਹੋ ਗਿਆ ਤੇ ਉਹਦੀ ਵੀ ਜਿਹੜੀ ਮੌਤ ਹੋ ਜਾ। ਅੱਜ ਇੱਕ ਦਿਨ ਦਾ ਵੀ ਬੱਚਾ ਹੋਵੇ ਉਸ ਨਾਲ ਕੁਝ ਮਿਸ ਹੈਪਨਿੰਗ ਹੋ ਜਾਏ ਤੇ ਪਰਿਵਾਰ ਨੂੰ ਉਮਰਾ ਤੱਕ ਨਹੀਂ ਭੁੱਲਦੀ ਤੇ ਉਹ ਇੱਕ ਪਲਿਆ ਪਲਾਇਆ ਬੱਚਾ ਜਿਹੜਾ 25 ਸਾਲਾਂ ਦਾ ਘਰੋਂ ਗਿਆ ਅੱਜ ਤੱਕ ਵਾਪਸ ਨਹੀਂ ਮੁੜਿਆ। ਉਸ ਬੱਚੇ ਦੀ ਹਾਲਤ ਜਿਹੜੀ ਹੈ ਅਸਲੇ ਤਰਸਯੋਗ ਆ। ਉਸ ਕੋ ਪੱਠੇ ਪਵਾਏਗੇ ਉਹਨੂੰ ਸਿਰੀ ਦੇ ਰੂਪ ਚੱਕ ਛੋਟੇ ਜਿਹੇ ਕਮਰੇ ਚ ਬੰਦ ਕਰਕੇ ਰੱਖਿਆ ਗਿਆ ਉਸ ਨੂੰ ਪਿੰਡ ਦੇ ਵਿੱਚ ਜਾਣ ਨਹੀਂ ਦਿੱਤਾ ਗਿਆ ਪਰ ਅੱਜ ਇਹਨਾਂ ਨੂੰ ਉਹ ਬੱਚਾ ਮਿਲਿਆ ਅਸੀਂ ਪੂਰਨ ਤੌਰ ਤੇ ਜਿਸ ਤਰ੍ਹਾਂ ਦੀ ਵੀ ਮਦਦ ਇਸ ਪਰਿਵਾਰ ਦੀ ਉਗੀ ਕਰਾਂਗੇ ਪਰ ਡਿਪਾਰਟਮੈਂਟ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਉਹ ਆਪਣੇ ਤੌਰ ਤੇ ਇਸ ਦੀ ਗਹਿਣ ਜਿਹੜੀ ਹੈ ਇਨਕੁਆਰੀ ਕਰੇ ਇਨਕੁਆਰੀ ਕਰਨ ਤੋਂ ਬਾਅਦ ਜਿਹੜਾ ਉਹ ਉਸ ਪਰਿਵਾਰ ਦੇ ਉੱਤੇ ਕਾਰਵਾਈ ਕਰੇ ਜਿਸ ਪਰਿਵਾਰ ਨੇ ਉਸ ਨੂੰ ਬੰਦਕ ਬਣਾ ਕੇ ਰੱਖਿਆ ਤੇ ਇਸ ਪਰਿਵਾਰ ਨੂੰ ਜੋ ਦਾ ਬੰਦਾ ਨਿਆਵਾ ਉਹ ਇਸ ਪਰਿਵਾਰ ਨੂੰ ਮਿਲੇ ਜਾਂ ਤਾਂ ਜੋ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਜਿਹੜੀ ਗੁਸਰ ਬਸਰ ਹੈ ਜਿਹੜੀ ਇਹਨਾਂ ਦੀ ਅੱਗੇ ਵਧ ਸਕੇ ਤੇ ਇਹਨਾਂ ਦੇ ਹਾਲਾਤ ਬਦਲ ਲੋਕ ਇਨਸਾਫ ਪਾਰਟੀ ਵੱਲੋਂ ਅਸੀਂ ਇਸ ਚੀਜ਼ ਦੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਕੈਪਟਨ ਸਾਹਿਬ ਤੋਂ ਇਸ ਚੀਜ਼ ਦੀ ਸਪੈਸ਼ਲ ਤੌਰ ਤੇ ਮੰਗ ਕਰਦੇ ਆਂ ਕਿ ਉਹ ਇੱਕ ਛੋਟੇ ਬੱਚੇ ਦੀ ਵੀਡੀਓ ਦੇਖ ਕੇ ਉਹਨੂੰ 2 ਲੱਖ ਦਾ ਇਨਾਮ ਦੇ ਦਿੰਦਾ ਆ ਕੇ ਤੇ ਇਹ ਜਿਹੜਾ ਸਾਡਾ ਵੀਰ ਪ੍ਰਤਾਪ ਸਿੰਘ ਪਿਛਲੇ 20-22 ਸਾਲ ਤੋਂ ਦੋ ਦਹਾਕੇ ਤੋਂ ਇੱਕ ਜ਼ਿਮੀਂਦਾਰ ਨੇ ਬੰਦੀ ਬਣਾ ਕੇ ਉਦੇ ਕੋਲੋਂ ਨੌਕਰਾਂ ਵਾਂਗੂ ਕੰਮ ਕਰਾ ਰਿਆ ਏ ਤੇ ਉਹਨੂੰ ਉਹਦੇ ਬਾਰੇ ਜੇ ਅੱਜ ਸਾਨੂੰ ਪਤਾ ਲੱਗਾ ਤੇ ਸਰਕਾਰ ਕੋਲੋਂ ਕੈਪਟਨ ਸਾਹਿਬ ਕੋਲੋਂ ਤੁਹਾਡੇ ਮਾਧਿਅਮ ਦੇ ਰਾਹੀਂ ਮੰਗ ਕਰਦੇ ਆਂ ਕਿ ਇਸ ਚੀਜ਼ ਦਾ ਨੋਟਿਸ ਲੈ ਕੇ ਡੀਜੀਪੀ ਨੂੰ ਨੋਟਿਸ ਦੇ ਕੇ ਡੀਜੀਪੀ ਨੂੰ ਇਨਵੋਲ ਕਰਕੇ ਇੱਕ ਆਈਜੀ ਉੱਥੇ ਪਹੁੰਚ ਕੇ ਉਸ ਪਰਿਵਾਰ ਦੇ ਸਾਰੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕੇ ਤੇ ਜੋ ਵੀ ਇਸ ਪਰਿਵਾਰ ਦੀ ਤਰੱਕੀ ਬਣਦੀ ਸੀ ਜੋ ਨਹੀਂ ਹੋ ਸਕੀ ਉਸ ਪਰਿਵਾਰ ਦੀ ਜਿਨ੍ਹਾਂ ਨੇ ਇਹਨੂੰ ਬੰਦੀ ਬਣਾਇਆ ਉਸ ਦੀ ਜਾਇਦਾਦ ਨੂੰ ਅਟੈਚ ਕਰਕੇ ਪ੍ਰੋਪਰ ਕਾਨੂੰਨੀ ਵੇਹ ਦੇ ਨਾਲ ਇਸ ਪਰਿਵਾਰ ਨੂੰ ਪ੍ਰਤਾਪ ਸਿੰਘ ਦੇ ਪਰਿਵਾਰ ਨੂੰ ਦਵਾਈ ਜਾਵੇ ਤੇ ਫਿਰ ਉਸ ਨੂੰ ਨਿਆਂ ਮਿਲ ਸਕਦਾ ਅਦਰਵਾਈਜ਼ ਜੇ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਸ ਤਰ੍ਹਾਂ ਦਾ ਕੋਈ ਸਟੈਪ ਨਾ ਚੁੱਕਿਆ ਜਾਂ ਇਸ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਤੇ ਲੋਕ ਇਨਸਾਫ ਪਾਰਟੀ ਪੂਰੀ ਤਨੋਂ ਮਨੋਂ ਇਹਨਾਂ ਦਾ ਸਾਥ ਦੇਊਗੀ ਔਰ ਵੱਡਾ ਇੰਡੀਆ ਕ੍ਰਾਈਮ ਨਿਊਜ਼ ਦੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀ